ਜਨ ਕਹਿਣੇ ਉਸਦਾ ਸੁਰਤ ਹੋਈ ਆਪਣੇ ਸੋਤਾ ਸੋ ਮਾਤ ਗਿਆ ਕਰਦੇ ਜਨ ਜਨ ਦਾ ਨਾਮ ਦੇ ਵਸੇ ਜਨ ਜਨ ਕੋ ਪਰਮਾਏ ਜਨ ਪ੍ਰਭਿਆ ਵੈ ਜਾਈ ਉਹ ਜਨ ਸਿਆ ਦਾਨ ਜੋ ਸਜਣਾ ਵਸ ਐਸਾ ਨਾਨਕ ਜਾਣਾ ਨਾਨਕ ਜਾਣਾ ਨਾਨਾ ਜਾਂ ਕੇ ਰੰਗ ਨਾਨਾ ਪੇ ਕਰੇ ਰੰਗ ਨਾਨਾ ਵਿਸਕੇ ਨਾ ਵਿਸਾਰ ਨਾ ਸੀ ਕੰਕਾ ਨਾਨਾ ਸਭ ਸੇ ਮੈਂ ਕੇ ਕਰੇ ਕਰ ਮਾਹੇ ਪੂਰੇ ਪੂਰੇ ਸਭ ਠਾਈ ਨਾਨਾ ਵਿਦ ਕਰ ਬੰਦ ਬਣਾ ਮੈਂ ਕੀ ਦਿਆ ਬੇ ਬਾਹੀ ਸਭ ਕਰ ਦਿਸ ਕੇ ਸਭ ਸਭ ਕੇ ਢਾਵ ਜਮ ਜੀ ਮੈਂ ਨਾਨਕ ਨਾਮ ਨਾਮ ਕੇ ਨਾਰੇ ਬੋਲੋ ਜੀ ਸ਼੍ਰੀ ਜਾਪ ਹੋਏ ਨੇ ਹੁਣ ਤੱਕ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸ਼ਬਦ ਕੀਰਤਨ ਕਰਦਿਆਂ ਹੋਈਆਂ
ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਸ਼ੁੱਧ ਬਾਣੀ ਉਚਾਰਨ ਕਰਨ ਦੀ ਦਾਤ ਬਖਸ਼ਿਸ਼ ਕਰਨੀ, ਬਾਣੀ ਦਾ ਭਾਵ ਸਤਿਗੁਰੂ ਜੀ ਸੰਗਤਾਂ ਦੇ ਤੇ ਪਰਿਵਾਰ ਦੇ ਹਿਰਦਿਆਂ ਚ ਵਸਾਉਣਾ, ਬਾਣੀ ਦਾ ਪੁੰਨ ਫਲ ਭਾਵ ਵਿਛੜੀ ਆਤਮਾ ਨੂੰ ਪ੍ਰਾਪਤ ਕਰਵਾਉਣਾ ਜੀ, ਵਿਛੜੀ ਆਤਮਾ ਨੂੰ ਸਦੀਵ ਕਾਲ ਆਪ ਜੀ ਨੇ ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨਾ ਜੀ, ਪਰਿਵਾਰ ਦੇ ਸੀਸ ਤੇ ਸਦਾ ਆਪਣਾ ਰਹਿਮਤ ਬਖਸ਼ਿਸ਼ ਭਰਿਆ ਸੀਸ ਤੇ ਹੱਥ ਰੱਖਣਾ, ਅੰਗ ਸੰਗ ਸਹਾਇਕ ਰਹਿਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨੀ, ਪਰਿਵਾਰ ਵੱਲੋਂ ਸੋਹਣਾ ਸੁੰਦਰ ਪੁਸ਼ਾਕਾ ਭੇਟ ਕੀਤਾ ਗਿਆ ਅੰਗੀਕਾਰ ਕਰੋ, ਸੇਵਕਾਂ ਦੇ ਪਰਦੇ ਕੱਢਣੇ, ਸੀਸ ਤੇ ਰਹਿਮਤ ਬਖਸ਼ਿਸ਼ ਭਰਿਆ ਹੱਥ ਰੱਖਣਾ, ਤਨ ਮਨ ਧਨ ਨਾਲ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਵ ਭੇਟ ਹਾਜ਼ਰ ਹੈ ਪ੍ਰਵਾਨ ਕਰੋ ਜੀ, ਪ੍ਰਵਾਨਿਆਂ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਸਕੇ ਪਵਿੱਤਰ ਨਾਮ ਸਤਨਾਮ ਸ੍ਰੀ ਹੁਕਮ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਜੀ, ਸੇਈ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਸਾਹਿਬ ਜੀ, ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਐ ਬ੍ਰਹਮ ਐਸਾ। ਐਸ ਪੀ ਸਿੰਘ ਜੀ ਔਰ ਸ਼੍ਰੀਮਤੀ ਬਿਮਲਾ ਦੇਵੀ ਜੀ ਦੇ ਉੱਤੇ ਇੱਕ ਦੁੱਖਾਂ ਦਾ ਵੱਡਾ ਪਹਾੜ ਜਿਹੜਾ ਟੁੱਟ ਪਿਆ। ਸ਼੍ਰੀ ਅਤੁਲ ਸਿੰਘ ਉਰਫ ਮੈਕੀ, ਉਹਨਾਂ ਦੇ ਸਪੁੱਤਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਅੱਜ ਉਸ ਵੱਡੀ ਦੁੱਖ ਦੀ ਕੜੀ ਤੇ ਮੈਕੀ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸਤਪਾਲ ਜੀ ਦੇ ਦੂਰ ਨੇੜੇ ਦੇ ਸਾਰੇ ਹੀ ਪਰਿਵਾਰਕ ਸੱਜਣ ਸ਼ਾਮਿਲ ਹੋਏ। ਸਤਪਾਲ ਜੀ ਦੇ ਸਾਰੇ ਮਿੱਤਰ ਸੱਜਣ ਅੱਜ ਇਸ ਦੁੱਖ ਦੀ ਘੜੀ ਚ ਸ਼ਾਮਿਲ ਹਨ। ਆਕਾਸ਼ਵਾਣੀ, ਦੂਰਦਰਸ਼ਨ, ਸੰਗੀਤ ਦੀ ਦੁਨੀਆ ਤੇ ਟੈਲੀਵਿਜ਼ਨ ਪ੍ਰੋਗਰਾਮ ਦੇ ਬਹੁਤ ਸਾਰੇ ਪਤਵੰਤੇ ਸੱਜਣ ਅੱਜ ਇੱਥੇ ਮੈਕੀ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਆ। ਪਰਿਵਾਰ ਵੱਲੋਂ ਅਵਿਨਾਸੀ ਪਰਮਾਰਾ ਆਤਮਾਨੋ ਕੀਦੋ ਬ੍ਰਿੰਦੇ ਆਗ ਤੇ ਬੈ ਪ੍ਰਣਸ ਕੋਇ ਸਰਨ ਤ੍ਰੇ ਕੋ ਸੋਇ ਆਪੇ ਬਿਨਾ ਆਪੇ ਦਾਨਾ ਗੈਰ ਗਬੀਰ ਨਿ ਸਜਾਨਾ ਪਾਲ ਨ ਪਰਮੇਸ਼ਰ ਗੋਬਿੰਦ ਕਿਰਪਾ ਨਾਲ ਦਾ ਦਿਆਲ ਬਖਸ਼ਾਂ ਦੇ ਸਾਥ ਰਹੇ ਕੀ ਚਰਨੇ ਪਾਉ, ਨਾਨਕ ਕੈ ਮਰੇ ਨਾਮ ਸਭ ਗੁਣ ਸਰਨਾ ਜਾਉ, ਕਿਰਪਾ ਸੋਈ ਹੋ ਘਰ ਬਣ ਜਾ ਕਾਨੇ ਤਿਰ ਬਹੁਤ ਗਮਨ ਤਰ ਜਾਣੇ ਹੋਰ, ਆਨੰਦ ਰੂਮੋਲ ਸਜਾ ਕੈ ਸਭ ਦੋਸ਼ ਨੇ ਕਰਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਾ ਮੈਂ ਦੇਸ਼ ਵਿੱਚ ਮੈਂ ਭੋਗੀ, ਜਣ ਕਹਿ ਜਾਣੇ ਬਹੁਤ ਸੁਰ ਪ੍ਰੋਈ ਆਪਣੇ ਸੋਧਾ ਸੋ ਮਾਤ ਗਿਆ ਕਰਨ ਦੇ ਜਨ ਜਨ ਦਾ ਨਾਮ ਦਿਆ ਵੈਸੇ ਜਿਮ ਜਗ ਪਰਮਾਏ ਜਨ ਪ੍ਰਭਿਆ ਵੈ ਜਾਏ, ਉਹ ਜਨਸਕਿਆ ਦਾਨ ਜਾਂ ਸਜਣਾ ਵਸਾ ਨਾਨਕ ਜਾਣਾ ਨਾਨਕ ਜਾਣਾ ਨਾਨਾ ਜਾਂ ਕੇ ਰੰਗ ਨਾਨਾ ਬੇਕਰੀ ਕਰੰਗ ਨਾਨਾ ਵਿਸਕਰੀਨਾ ਵਿਸਾਰ ਨਾ ਸੀ ਕੰਕਾਰ ਨਾਨਾ ਸੱਟੇ ਮੈਂ ਕਰੇ ਕਰ ਮਾਹੇ ਬੁਰੇ ਬੁਰੇ ਸਭ ਠਾਈ,
नाना विध करबंध बनावे किंते आपे पाए सब कर जिसके शब्द शब्द के ढाव जम जीव है नानक नाम नाम के धारे सकल जंत नाम के धारे खान ब्रह्मा नाम के धारे ते पाए सात मन सात बदे सब जा कर दया पर वे सात मन नेट बजा जी कोई नाम जब ता की कहते आप सात किया सब सात आप जन अपनी मित गाते जिसकी जिन सो करने हार ਪਾਵਨ ਬੋਧ ਕਰਦ ਵਿਚਾਰ ਕਰਦੇ ਕਿ ਮੁਝਾਣਾ ਕਿਆ ਨਾਨਕ ਜੋਤ ਪਾਵੈ ਸੋ ਵਰਤੀ ਆਵੇ ਸਮਨ ਵਿਸਮੈ ਸਮਾਨ ਮੁਝਤ ਆਇਆ ਸਵਾਦ ਤੇ ਰੰਗ ਰਾਜੇ ਜਨ ਕਾ ਸਿੰਘ ਸੁਣ ਪਾਗੀ ਜਨ ਕਾ ਸਾਂਖ ਮੈਂ ਬਲਾਗੀ ਗੁਣ ਕੋ ਮੇਂ ਕੀ ਤਨ ਗਾਵੇ ਗੁਰ ਪ੍ਰਸਾਦ ਨਾਨਕ ਪਰ ਪਾਵੈ ਸਲੋ ਆਦ ਸਾ ਜੁਗਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਾਜੇ ਅਟ ਪਦੀ ਚਰਨ ਸਤ ਗੁਰ ਬਰਤਨ ਹਾਰ ਪੂਜਾ ਸਤ ਸੰਤ ਦੇਵ ਧਾਰ ਦਰਸ਼ਨ ਪ੍ਰੇਖਣ ਹਾ ਨਾਮ ਸਤ ਧਿਆਨ ਹਾਰ ਆਪ ਸਤ ਸਤਿਓ ਨਿਮਾ ਸਮਾਨਾ ਬਸ ਮਾਲਾ ਬਸ ਨਾਈ ਤਾਂ ਕੋ ਕਹਿਣਾ ਕਹਿਣਾ ਜਾਈ ਪੂਜੇ ਪੂਜਨ ਹਾਰ ਪੂਜੇ ਪ੍ਰਭ ਕਹਿਤੇ ਪੂਜੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੇਵ ਦਾ ਜਿਸ ਕਾਇਆ ਨੀ ਕੀ ਕਿਰੀ ਮੈਂ ਕਰਤਾ ਪੁੱਤਰ ਕੋਨੀ ਜਮ ਨਾਨਕ ਦਾ ਪੁਰਖਾ ਲੰਗ ਬਣਾਣੀ ਬਾਰ ਬਾਰ ਹਮ ਜਤ ਜਤ ਜਮ ਨਾਮ ਸਤਿ ਪੂਰੇ ਮਨ ਤੇ ਆਪਣਾ ਧੰਨ ਦੇ ਜਗ ਸੱਚ ਕਰ ਜਾਣਾ
ਨਹਿ ਬਾਰਕ ਨਹਿ ਜੋਪ ਨਹਿ ਬਿਰਦੀ ਕੱਛ ਬੰਦ
ਉਹ ਤੇਰਾ ਮਹਿਬੂਜੀ ਹੈ ਜੋ ਆਏ ਪਰੇ ਜਨ ਮੌਤ ਦੇ ਵਾਸਤੇ ਨਾ ਬਚਪਨ ਤੇ ਨਾ ਜਵਾਨੀ ਤੇ ਨਾ ਬੁਢੇਪਾ ਆ ਸਤਿਗੁਰੂ ਗੁਰੂ ਰਵਿਦਾਸ ਜੀ ਮਹਾਰਾਜ ਕਹਿ ਰਹੇ ਨੇ ਜਿਵੇਂ ਦਿਨ ਚੜ੍ਹਦਾ ਖਤਮ ਹੋ ਜਾਂਦਾ ਰਾਤ ਆਉਂਦੀ ਏ ਉਹ ਵੀ ਖਤਮ ਹੋ ਜਾਂਦੀ ਏ ਆਈ ਚਲਾਈ ਲੱਗੀ ਹੋਈ ਏ ਸੰਸਾਰਿਕ ਜੀ ਵੀ ਇੱਕ ਆ ਰਿਹਾ ਇੱਕ ਜਾ ਰਿਹਾ ਸਤਸੰਗਤ ਜੀ ਨਾ ਇੱਥੇ ਗਰੀਬੀ ਦਾ ਨਾ ਇੱਥੇ ਅਮੀਰੀ ਦਾ ਨਾ ਇੱਥੇ ਵੱਡੇ ਦਾ ਨਾ ਇੱਥੇ ਛੋਟੇ ਦਾ ਨਾ ਕਿਸੇ ਜਾਤ ਪਾਤ ਦਾ ਉਹ ਮੇਰੇ ਮਾਲਕ ਸੱਚੇ ਪਾਤਸ਼ਾਹ ਐ ਬਾਬਾ ਫਰੀਦ ਜੀ ਦਾ ਆਪਾਂ ਸਲੋਕ ਪੜ੍ਹਿਆ ਨਾ ਦਰਿਆਵੇ ਕੰਨੇ ਬਗਲਾ ਬੈਠਾ ਗੇਲ ਕਰੇ ਬਗਲਾ ਬੈਠਾ ਉੱਥੇ ਕਹਿੰਦੇ ਗੇਲ ਕਰਦਾ ਉਹਨੂੰ ਨੀ ਪਤਾ ਆਪਣੀ ਮੌਤ ਦਾ ਗੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਉਤੋਂ ਬਾਜ ਨੇ ਝਪੱਟ ਮਾਰ ਲਈ ਜਿਵੇਂ ਸਤਿਗੁਰੂ ਜੀ ਨੇ ਵੀ ਦੱਸਿਆ ਵੀ ਮਨੁੱਖ ਦੇ ਸਿਰ ਦੇ ਉੱਤੇ ਵੀ ਮੌਤ ਇਸੇ ਤਰ੍ਹਾਂ ਹੀ ਹਰ ਵੇਲੇ ਮੂੰਹ ਅੱਡੀ ਖੜੀ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਸਭ ਕੁਝ ਉਹਨੂੰ ਭੁੱਲ ਗਿਆ ਤੇ ਜਿਹੜੀਆਂ ਚਿੱਤ ਚੇਤੇ ਵਿੱਚ ਗੱਲਾਂ ਨਹੀਂ ਸਨ ਉਹ ਸਾਹਮਣੇ ਆ ਕੇ ਖੜੀਆਂ ਹੋ ਗਈਆਂ ਜਿਹਨਾਂ ਗੱਲਾਂ ਦਾ ਕਦੀ ਸੋਚਿਆ ਵੀ ਨਹੀਂ ਹੋਏਗਾ ਤੇ ਹੁਣ ਸਤਿਗੁਰ ਬਾਬਾ ਫਰੀਦ ਜੀ ਕਹਿੰਦੇ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਉਹ ਗੱਲਾਂ ਹੋ ਗਈਆਂ ਇਸ ਮਾਤਾ ਪਿਤਾ ਨੂੰ ਕਦੋਂ ਇਹ ਪਤਾ ਹੋਊਗਾ ਕਿ ਸਾਡਾ ਪੁੱਤਰ ਫਿਰ ਵਿਦੇਸ਼ ਜਿੱਥੇ ਤਰਲੇ ਮਾਰਦੇ ਲੋਕ ਜਾਣ ਵਾਸਤੇ ਉੱਥੇ ਹੀ ਜਾ ਕੇ ਫਿਰ ਵੀ ਮਾਤਾ ਪਿਤਾ ਨੂੰ ਅਲਵਿਦਾ ਕਹਿ ਗਿਆ ਸਤਸੰਗ ਆ ਦੇਖੋ ਸਤਿਗੁਰ ਗੁਰੂ ਰਵਿਦਾਸ ਜੀ ਕੀ ਕਹਿ ਰਹੇ ਨੇ ਮਹਾਰਾਜ ਕਰ ਬੰਦਗੀ ਛੱਡ ਮੈਂ ਅੰਧਿਆਰਾ
अंधे हो जाइए तो कहते देख लाओगे अपने पुत्र और परमात्मा ने फिर दिता ते ओ उना दिया अखां बन गया सास ध्यान देना अपनिया अखां गवा के पुत्र दी प्राप्ति तो कर ली पर पुत्र उना दिया अखां बन गया बैंकी दे विच बठा के कंधाड़े चक के उन्हां नूं जिथे जिथे दी कहा उथे उथे दी सैर करवा दित्ती और जिस दिन सत्संग जी इस सरवण पुत्र नूं तीर लग्या सी ना उहदे मामे दशरथ दा उस दिन माता पिता ने आख्या तुसी पानी नहीं पी सकते तू कौन है पानी पीने वाला कभी देखिए ये रिश्ता कैसा बनाया परमात्मा ने ये रिश्ता क्योंकि बार व्यवस्था तुझे प्यार है दूध पर जो बन भोजन सुख सोच बिरत पया ऊपर साख सहन मुख प्याओ बैठ को दे ये संबंध ताई बनाए ने परमात्मा ने के माता पिता बिरत हो जान ते बच्चे ओदे मुंह च रोटी खाण दे मुख प्याओ बैठ को दे और सरवण दे माता पिता ने क्यों ऐसा मन लिया आख्या कोई नहीं साडी रखा दी रोशनी रवे ना रवे एक दांत जरूर चाहिए पुत्र जरूर चाहिए देखो सत्संग तो हैरानी की गल है पुत्र मिल गया पुत्र उन्हां दी अखां बन गया हुण जिधर जाना चाहते ने लेके जांदा है
जिंदगी का सहारा बन गया। जिस दिन इस सरवण पुत्र दशरथ का तीर वज गया ही ना, सत्संग पानी लैने भेजा हुआ सी ना माता पिता ने, पानी दे विच ओ बर्तन डबोया ते गड़गड़ की आवाज आई। दशरथ ने सोचा सी तैरन पानी पींदा, वो ते गलती नाल गया पर तीर वज गया सस। सरवण नूं तीर वज गया पर मरते मरते ने भी यह गल कह दिती, मेरे माता पिता को पानी पिलाई जरूर। उन्हें उन्हें बुरा भला नहीं आख्या, क्यों इदा ही लिखी होनी है। पर वह कह लगा मैं तो बहुत वड्डी गलती कर ली है, अपना ही घर उजाड़ लिया, ते हुण दस मैं की करा। ते सरवण ने आख्या ए पानी लै जा, ते मेरे माता पिता उत्थे बैठे उन्हां नूं पानी पिला दी, पर एक गल करी बोली ना, जे तू बोलिया फिर उन्हां पानी नहीं दे पीना। ओ आ गया पानी लैके, उन्हां दे मूंह नूं पानी लाउंदा है पर कितने वो पींदे ने सास नहीं पींदे, पानी उन्हां नूं कित्थे टलदा है। पुछदे कौन है, कौन पानी पिलाने वाला है। ते साध संगत उस वेले जदों उन्होंने पानी पिलाउण की बहुत कोशिश की सी, दशरथ ने नहीं पीता। आखिरकार उन्होंने आख्या जिन्ना चिकर तू दसदा नहीं ना कि मैं कौन है, साडा पुत्र कित्थे है, मैं पानी नहीं पी, असी पानी नहीं पी। दसना पिया कि बहुत वड्डी मेरे को गलती हो गई, तुहाडा पुत्र तां रब नूं प्यारा हो गया मेरे हथों गया। ते गल सुनदे आ सारे कहंदे ने, उहनां ने आख्या कि हुण साडा पानी पीणा किसे काम दा, और इसे गल पिछे उहनां ने अपने प्राण त्याग दित्ते। ਇਹ ਅਸਹਿ ਵਿਛੋੜਿਆ, ਔਰ ਜਿਸ ਪੁੱਤਰ ਤੋਂ ਆਸ ਮਾਤਾ ਪਿਤਾ ਨੂੰ ਬਚਪਨੇ ਤੋਂ ਲੱਗਦੀ, 22 ਸਾਲ ਦੀ ਉਮਰ ਵਿੱਚ ਚੱਲਿਆ ਜਾਵੇ, ਆਪਾਂ ਜਿੰਨਾ ਮਰਜ਼ੀ ਕਹੀਏ ਤਰਵਾਸ ਰੱਖੋ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਸੀ ਨਾ ਮੌਤ ਦੇ ਸੰਬੰਧ ਵਿੱਚ, ਉਹ ਕਹਿੰਦੇ ਜਿਵੇਂ ਦਰਖਤ ਨੂੰ ਲੱਗੇ ਹੁੰਦੇ ਨੇ ਪੱਤੇ ਫੁੱਲ ਫਲ ਟਾਹਣੀਆਂ ਲੱਗੇ ਹੁੰਦੇ ਨੇ, ਇੱਕ ਪੱਤਾ ਜਦੋਂ ਟੁੱਟ ਜਾਏ ਤੇ ਟੁੱਟਣ ਵਾਲੇ ਥਾਂ ਦੇ ਉੱਤੇ ਦੇਖਿਓ ਥੋੜਾ ਜਿਹਾ ਪਾਣੀ ਨਿਕਲਦਾ, ਤੇ ਉਹ ਮਹਿਸੂਸ ਕਰਦਾ ਕਿ ਜਿਹੜਾ ਪੱਤਾ ਮੇਰੇ ਨਾਲੋਂ ਅੱਜ ਟੁੱਟ ਗਿਆ ਮੁੜ ਕੇ ਜੁੜਨਾ ਨਹੀਂ। ਤਰਵਰ ਵਿਛੁੰਨੇ ਨਹਿ ਪਾਤ ਜੁੜਤੇ, ਬ੍ਰਿਛ ਦੇ ਨਾਲੋਂ ਜੁੜੇ ਟੁੱਟੇ ਪੱਤੇ ਮੁੜ ਕੇ ਕਦੀ ਨਹੀਂ ਜੁੜਦੇ, ਇਸ ਕਰਕੇ ਪਾਣੀ ਉੱਥੋਂ ਵੀ ਨਿਕਲ ਆਇਆ। ਸੋ ਮੇਰੇ ਵੀਰ ਜੀ ਆਗੇ ਨੇ ਜਿਹਨਾਂ ਦੀ ਉਡੀਕ ਵਿੱਚ ਆਪਾਂ ਬੈਠੇ ਸਨ, ਸਤਿ ਸ੍ਰੀ ਅਕਾਲ ਜੀ ਦੱਸ ਨੇ ਜਿੰਨਾ ਕੁ ਸਮਾਂ ਸਾਡਾ
चिंते बाद
हित से बांधे हो चीत झूठी देखी प्रीत जगत झूठी देखी प्रीत झूठी देखी प्रीत जगत झूठी देखी प्रीत अपने ही सुख से सब Thank you.
ਉੱਠੀ ਦੇਖੀ ਪ੍ਰੀਤ ਜਗਤ ਹੈ ਝੂਠੀ ਦੇਖੀ ਪ੍ਰੀਤ ਵਾਹਿਗੁਰੂ ਝੂਠੀ ਦੇਖੀ ਪ੍ਰੀਤ ਜੈ ਸੁਤੇ ਸੱਜਣ ਮੇਰੇ
रंग ले सजन मेरे रंग ले जाए ਬਾਣੀ ਦਾ ਆਸਰਾ ਹੈ ਜੋ ਪੜ੍ਹ ਕੇ ਸੁਣ ਕੇ ਅਸੀਂ ਮਨ ਨੂੰ ਪ੍ਰਵਾਸ ਦੇ ਸਕਦੇ ਹਾਂ ਪਰ ਵਿਛੋੜਾ ਕੋਈ ਛੋਟੀ ਜਿਹੀ ਬਾਤ ਨਹੀਂ ਹੈ ਇਹ ਕੋਈ ਛੋਟਾ ਸਦਮਾ ਨਹੀਂ ਹੈ ਲੈ ਕੇ ਸਪੁੱਤਰ ਸਾਹਿਬ ਐਸ ਪੀ ਸਿੰਘ ਜੀ ਸਾਡੇ ਪਿੰਡ ਜਿੰਦਾ ਦੇਵੀ ਜੀ ਮੈਂ ਕਹਿੰਦਾ ਸਾਰੇ ਅਤੇ ਮਾਤਾ ਪਿਤਾ ਨੂੰ ਜਿਹੜਾ ਸਦਮਾ ਉਹ ਤਾਂ ਪੂਰਾ ਕਦੀ ਹੋ ਨਹੀਂ ਸਕਦਾ ਪਰ ਜਿਹੜੇ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ ਦੂਰੋਂ ਨੇੜਿਓਂ ਜੋ ਵੀ ਸੁਣਦਾ ਬਸ ਯਕੀਨ ਨਹੀਂ ਹੁੰਦਾ ਕਿ ਐਸਾ ਹੋ ਸਕਦਾ ਹੈ ਪਰ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਨਹੀਂ ਭਾਈ ਕਿਸ ਨਾਲ ਟੀਚਾ ਦੋਸਤੀ ਸਭ ਜਗ ਚੱਲਣ ਹਾਂ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਸਭ ਦੀ ਵਾਰੀ ਆਉਣੀ ਹੈ ਪਰ ਸਮਾਜਿਕ ਤੌਰ 'ਤੇ ਵਿਚਰਦਿਆਂ ਜਦੋਂ ਐਸੀਆਂ ਉਮਰਾਂ ਦੇ ਵਿੱਚ ਸਾਡੇ ਬੱਚੇ ਚਲੇ ਜਾਣ ਅਤੇ ਉਹ ਬਰਦਾਸ਼ਤ ਕਰਨਾ ਬਹੁਤ ਹੀ ਔਖਾ ਹੈ ਬਹੁਤ ਹੀ ਔਖਾ ਪਰ
ਪਰਿਵਾਰ ਨਾਲ ਸਾਡਾ ਬਹੁਤ ਹੀ ਸਾਂਝ ਹੋਇਆ। ਬੁੱਲਾ ਸਾਹਿਬ ਜੱਸੀ ਬੁੱਲਾ ਜੀ, ਅਕਸਰ ਅਸੀਂ ਉੱਥੇ ਜਾਂਦੇ ਰਹਿੰਦੇ ਹਾਂ ਕੈਲੀਫੋਰਨੀਆ, ਅਤੇ ਉਹਨਾਂ ਨਾਲ ਗੱਲ ਹੋਈ। ਉਹਨਾਂ ਨੇ ਦੱਸਿਆ ਕਿ ਮੈਂ ਵੀ ਬਾਸੂ ਇੰਗਲੈਂਡ ਹੀ ਰਹਿੰਦਾ ਹੈ, ਅਤੇ ਬੜਾ ਦੁੱਖ ਹੋਇਆ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜ਼ਰੂਰ ਜਾਵਾਂਗਾ ਅਤੇ ਬੱਚੇ ਦੀ ਸ਼ਬਦ ਦੀ ਸ਼ਰਧਾਂਜਲੀ ਜਿਹੜੀ ਹੈ ਉਹ ਗੁਰੂ ਦੀ ਬਾਣੀ ਰਾਹੀਂ ਉਹਨਾਂ ਨੂੰ ਦੇਵਾਂਗੇ। ਇਸ ਤੋਂ ਵੱਧ ਕੇ ਸਾਡੇ ਕੋਲ ਹੋਰ ਕੁਝ ਨਹੀਂ ਹੈ, ਅਰਦਾਸ ਹੀ ਸਾਰਿਆਂ ਨੇ ਆਪਾਂ ਕਰਨੀ ਹੈ। ਅਰਦਾਸ ਵਿੱਚ ਬੜੀ ਸ਼ਕਤੀ ਹੈ ਗੁਰੂ ਪਿਆਰਿਓ। ਮਨੁੱਖ ਦਾ ਜੀਵਨ ਵੀ ਅਰਦਾਸ ਤੋਂ ਆਰੰਭ ਹੁੰਦਾ ਹੈ ਅਤੇ ਉਸਦਾ ਅੰਡ ਵੀ ਅਰਦਾਸ ਦੀ ਹੈ। ਜੇ ਕਿਤੇ ਜੁੜ ਕੇ ਅਰਦਾਸ ਕੀਤੀ ਜਾਵੇ ਕਿਸੇ ਵੀ ਪ੍ਰਾਣੀ ਵਾਸਤੇ ਜਾਂ ਆਪਣੇ ਵਾਸਤੇ ਵੀ, ਪਾਤਸ਼ਾਹ ਕਹਿੰਦੇ ਨੇ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੁਰਬਿੰਦ ਕਾ ਪੂਰਨ ਬਣਤਾ। ਸਾਰਿਆਂ ਨੇ ਮਨ ਜੋੜ ਕੇ ਅਰਦਾਸ ਕਰਨੀ ਹੈ ਗੁਰੂ ਦੇ ਚਰਨਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਅਤੁਲ ਸਿੰਘ ਨੂੰ ਆਪਣੇ ਚਰਨਾਂ ਵਿੱਚ ਹਮੇਸ਼ਾ ਲਈ ਨਿਵਾਸ ਬਖਸ਼ਣ। ਪਰਿਵਾਰ ਨੂੰ ਐਸਾ ਸਦਮਾ ਜੋ ਲੱਗਿਆ ਹੈ ਉਹ ਗੁਰੂ ਦੀ ਬਾਣੀ ਅਨੁਸਾਰ ਭਾਣਾ ਮੰਨਣ ਦਾ ਦਲ ਬਖਸ਼ਣ। ਗੁਰੂ ਸਾਹਿਬ ਕਿਰਪਾ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਇਸ ਤੋਂ ਬਾਅਦ ਸਾਡੇ ਇੱਕ ਸੱਜਣ ਗੌਰੀ ਜੀ, ਉਹਨਾਂ ਨੇ ਬੱਚੇ ਨੂੰ ਸ਼ਰਧਾਂਜਲੀ ਅਰਪਣ ਕਰਨੀ ਹੈ। ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਦੋ ਚਾਰ ਮਿੰਟ ਲਈ ਆਪਣੇ ਵਿਚਾਰ ਪ੍ਰਗਟ ਕਰਨ ਔਰ ਬੇਟੇ ਨੂੰ ਸ਼ਰਧਾਂਜਲੀ ਅਰਪਣ ਕਰਨ। ਇਸ ਦੁੱਖ ਭਰੇ ਸਮੇਂ ਦੇ ਨਾਲ ਸ਼ਹੀਦ ਹੋਣ ਭਾਵ ਉਹਨਾਂ ਪਾਸੋਂ ਸ਼ਰਨ ਕਰੋ ਜੀ। ਪਰਮ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸ ਪੀ ਸਿੰਘ ਜੀ ਔਰ ਸ਼੍ਰੀਮਤੀ ਬਿਮਲਾ ਦੇਵੀ ਜੀ ਦੇ ਉੱਤੇ ਇੱਕ ਦੁੱਖਾਂ ਦਾ ਵੱਡਾ ਪਹਾੜ ਜਿਹੜਾ ਟੁੱਟ ਪਿਆ। ਸ਼੍ਰੀ ਅਤੁਲ ਸਿੰਘ ਉਰਫ ਮੈਕੀ, ਉਹਨਾਂ ਦੇ ਸਪੁੱਤਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਅੱਜ ਉਸ ਵੱਡੀ ਦੁੱਖ ਦੀ ਕੜੀ ਤੇ ਮੈਕੀ ਜੀ ਦੀ ਅੰਤਿਮ ਅਰਦਾਸ ਦੇ ਵਿੱਚ ਸਤਪਾਲ ਜੀ ਦੇ ਦੂਰ ਨੇੜੇ ਦੇ ਸਾਰੇ ਹੀ ਪਰਿਵਾਰਕ ਸੱਜਣ ਸ਼ਾਮਿਲ ਹੋਏ। ਸਤਪਾਲ ਜੀ ਦੇ ਸਾਰੇ ਮਿੱਤਰ ਸੱਜਣ ਅੱਜ ਇਸ ਦੁੱਖ ਦੀ ਘੜੀ ਚ ਸ਼ਾਮਿਲ ਹਨ। ਆਕਾਸ਼ਵਾਣੀ, ਦੂਰਦਰਸ਼ਨ, ਸੰਗੀਤ ਦੀ ਦੁਨੀਆ ਤੇ ਟੈਲੀਵਿਜ਼ਨ ਪ੍ਰੋਗਰਾਮ ਦੇ ਬਹੁਤ ਸਾਰੇ ਪਤਵੰਤੇ ਸੱਜਣ ਅੱਜ ਇੱਥੇ ਮੈਕੀ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਏ ਆ। ਪਰਿਵਾਰ ਵੱਲੋਂ ਇਹ ਸਾਰੇ ਪਤਵੰਤੇ ਸੱਜਣਾਂ ਦੀ ਬਹੁਤ ਬਹੁਤ ਮਿਹਰਬਾਨੀ ਔਰ ਪਰਿਵਾਰ ਨਹੀਂ ਰਹੇਗਾ ਕਿ ਅੱਜ ਉਹ ਦੁੱਖ ਵੰਡਾਉਣ ਇੱਥੇ ਇਕੱਠੇ ਹੋਏ ਆ। ਕਹਿੰਦੇ ਆ ਕਿ ਦੁੱਖ ਵੰਡਾਇਆ ਜਿਹੜਾ ਉਹ ਹਲਕਾ ਹੋ ਜਾਂਦਾ, ਕਹਿਣਾ ਬੜਾ ਸੌਖਾ ਹੁੰਦਾ ਪਰ ਜਿਸ ਤਰ੍ਹਾਂ ਲਾਗੇ ਉਹੀ ਜਾਣੇ। ਇੱਕ ਭਰੀ ਜਵਾਨੀ ਦੇ ਵਿੱਚ ਕਿਸੇ ਨੌਜਵਾਨ ਦਾ ਜਾਣਾ ਉਸਦੇ ਮਾਂ ਬਾਪ ਲਈ ਕਿੰਨਾ ਵੱਡਾ ਦੁੱਖ ਹੈ। ਉਹ ਜਿਹਨਾਂ ਦਾ ਪੁੱਤਰ ਜਾਂਦਾ ਹੈ ਉਹ ਤਾਂ ਉਮਰ ਲਈ ਮਹਿਸੂਸ ਕਰਦੇ ਰਹਿੰਦੇ।
ਸਾਡੇ ਗ੍ਰੰਥਾਂ ਚ ਵੀ ਇਹ ਲਿਖਿਆ ਹੈ ਕਿ ਔਲਾਦ ਦਾ ਸੁੱਖ ਜਿਹੜਾ ਸਭ ਤੋਂ ਵੱਡਾ ਸੁੱਖ ਹੈ, ਪਰ ਸਭ ਤੋਂ ਵੱਡਾ ਦੁੱਖ ਵੀ ਇਹੀ ਹੈ ਜਦੋਂ ਮਾਂ ਬਾਪ ਦੇ ਸਾਹਮਣੇ ਉਹਨਾਂ ਦਾ ਇੱਕ ਨੌਜਵਾਨ ਪੁੱਤਰ ਜਾਂ ਪੁੱਤਰੀ, ਉਹਨਾਂ ਦੀ ਔਲਾਦ ਉਹਨਾਂ ਤੋਂ ਵਿਛੜ ਜਾਏ, ਅਚਾਨਕ ਚਲੀ ਜਾਏ। ਕਹਿੰਦੇ ਆ ਕਿ ਲਾਈਫ ਇਜ਼ ਏ ਟਫ ਕੁਐਸਚਨ, ਨੋਬਡੀ ਕੈਨ ਆਨਸਰ ਇਟ, ਬਟ ਡੈਥ ਇਜ਼ ਐਨ ਈਜ਼ੀ ਆਨਸਰ, ਨੋਬਡੀ ਕੈਨ ਕੁਐਸਚਨ ਇਟ। ਇਹ ਜੀਵਨ ਮੌਤ ਦਾ ਭੇਦ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ, ਪਰ ਸਾਡੇ ਗੁਰੂਆਂ ਪੀਰਾਂ ਨੇ ਇਸ ਗੱਲ ਨੂੰ ਬੜੀ ਆਸਾਨੀ ਨਾਲ ਸਮਝਿਆ ਸੀ। ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਜਦੋਂ ਇਹ ਗੱਲ ਕਹੀ ਕਿ ਇਕੱਲੇ ਆਏ ਨਾਨਕਾ ਸੱਦੇ ਉੱਠ ਜਾਏ, ਤੋ ਮਨੁੱਖ ਜੀਵਨ ਨੂੰ ਇਹੀ ਸਮਝਾਉਣਾ ਸੀ ਕਿ ਅਕਾਲ ਪੁਰਖ ਦੇ ਹੁਕਮ ਦੇ ਨਾਲ ਹੀ ਇਸ ਮਾਨਵ ਜਨਮ ਦਾ ਜਿਹੜਾ ਹੈ ਇੱਕ ਪ੍ਰਚਲਨ ਚੱਲਿਆ ਹੈ, ਪਰ ਵਾਪਸ ਕਿਸੇ ਨੂੰ ਕਿਸੇ ਵੇਲੇ ਵੀ ਬੁਲਾਇਆ ਜਾ ਸਕਦਾ ਹੈ। ਅਸੀਂ ਪਵਿੱਤਰ ਬਾਣੀ ਸਰਵਣ ਕੀਤੀ, ਕੀਰਤਨ ਦੇ ਵਿੱਚ ਭਾਈ ਸਾਹਿਬ ਨੇ ਵੀ ਜਿਹੜੀਆਂ ਗੱਲਾਂ ਕਹੀਆਂ ਕਿ ਕੋਲ ਕਰੇਂਦੇ ਹੰਝਣੋਂ ਅਚਿੰਤ ਬਾਜ ਪਏ, ਇਹ ਗੱਲ ਵੀ ਸਿੱਧੀ ਸਮਝਾਉਣ ਵਾਲੀ ਸੀ ਕਿ ਮੌਤ ਕਿਸੇ ਨੂੰ ਵੀ ਜਕੜ ਸਕਦੀ ਹੈ, ਪਰ ਜਦੋਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਕੇ ਕੋਈ ਜਾਏ, ਦੁੱਖ ਤਾਂ ਉਦੋਂ ਵੀ ਹੁੰਦਾ ਹੈ, ਪਰ ਅਸੀਂ ਉਹਨੂੰ ਇੱਕ ਕੁਦਰਤ ਦਾ ਨਿਯਮ ਸਮਝ ਲੈਂਦੇ ਹਾਂ, ਪਰ ਅਚਾਨਕ ਜਦੋਂ ਇਸ ਤਰ੍ਹਾਂ ਦਾ ਦੁੱਖ ਏਦਾਂ ਦਾ ਭਾਣਾ ਵਰਤਦਾ ਹੈ ਤੇ ਕੋਈ ਜਵਾਬ ਨਹੀਂ ਹੁੰਦਾ, ਸਮਝ ਨਹੀਂ ਆਉਂਦੀ। ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ, ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋਏਗਾ ਕਿ ਮੈਕੀ ਅਚਾਨਕ ਸਾਨੂੰ ਇਸ ਤਰ੍ਹਾਂ ਛੱਡ ਕੇ ਚਲਾ ਗਿਆ। ਮੈਕੀ ਦੇ ਬਾਰੇ ਜਿਹਨੂੰ ਜਿਹਨੂੰ ਵੀ ਪਤਾ ਲੱਗਿਆ, ਜਿਹਨੇ ਜਿਹਨੇ ਵੀ ਖਬਰ ਸੁਣੀ, ਉਹਨੇ ਵਿਸ਼ਵਾਸ ਨਹੀਂ ਕੀਤਾ। ਅਸੀਂ ਬਾਣੀ ਸਰਵਣ ਕਰਦੇ ਹਾਂ, ਸਰਵਣ ਪੁੱਤਰ ਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਉਹ ਸਾਨੂੰ ਮਿਲੀ, ਔਰ ਜੇ ਕਿਸੇ ਸੁਪੁੱਤਰ ਦੀ ਗੱਲ ਕਰੀਏ ਤਾਂ ਸਰਵਣ ਪੁੱਤਰ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ, ਤੇ ਸਾਡਾ ਅਤੁਲ ਮੈਕੀ ਵੀ ਕਿਸੇ ਸਰਵਣ ਪੁੱਤਰ ਤੋਂ ਘੱਟ ਨਹੀਂ ਸੀ। ਮੈਨੂੰ ਵੀ ਸਤਪਾਲ ਜੀ ਕੋਲ ਕੈਨੇਡਾ ਜਾਣ ਦਾ ਮੌਕਾ ਮਿਲਿਆ, ਮੈਂ ਇਹਨਾਂ ਕੋਲ ਇੱਕ ਹਫ਼ਤਾ ਰਿਹਾ, ਮੈਕੀ ਨੂੰ ਛੁੱਟੀਆਂ ਸੀ ਉਦੋਂ ਮੈਕੀ ਉੱਥੇ ਆਇਆ ਸੀ, ਔਰ ਉਹ ਜਿਸ ਤਰ੍ਹਾਂ ਪਿਆਰ ਦੇ ਨਾਲ, ਜਿੱਦਾਂ ਖੁਸ਼ੀ ਦੇ ਨਾਲ, ਖਿੜੇ ਮੱਥੇ ਦੇ ਨਾਲ ਮਿਲਦਾ ਸੀਗਾ, ਜਿਸ ਤਰ੍ਹਾਂ ਉਹਨੇ ਮੈਨੂੰ ਉੱਥੇ ਘੁਮਾਇਆ ਫਿਰਾਇਆ, ਜਿਸ ਤਰ੍ਹਾਂ ਉਹਨੇ ਮੇਰੀ ਸੇਵਾ ਕੀਤੀ, ਤੇ ਦਿਲੋਂ ਆਸ਼ੀਰਵਾਦ ਹੀ ਨਿਕਲਦਾ ਸੀਗਾ। ਕਹਿੰਦੇ ਆ ਕਿ ਖੁਸ਼ੀ ਲੱਭਣ ਜਾਓਗੇ ਤੇ ਖੁਸ਼ੀ ਨਹੀਂ ਮਿਲੇਗੀ, ਪਰ ਜੇ ਖੁਸ਼ ਰਹੋਗੇ ਤੇ ਖੁਸ਼ੀ ਤੁਹਾਡੇ ਆਸ ਪਾਸ ਰਹੇਗੀ। ਵੱਡਾ ਆਦਮੀ ਬਣਨਾ ਇੱਕ ਚੰਗੀ ਗੱਲ ਹੈ, ਪਰ ਚੰਗਾ ਹੋਣਾ ਬਹੁਤ ਵੱਡੀ ਗੱਲ ਹੈ। ਸਵਾਮੀ ਵਿਵੇਕਾਨੰਦ ਜੀ ਜਿਹੜੇ ਖੁਦ ਇੱਕ ਭਰੀ ਉਮਰ ਨੌਜਵਾਨ ਦੀ ਉਮਰ ਦੇ ਵਿੱਚ ਦੁਨੀਆਂ ਛੱਡ ਗਿਆ ਸੀ, ਉਹਨਾਂ ਨੇ ਵੀ ਇੱਕ ਗੱਲ ਕਹੀ ਕਿ ਆਦਮੀ ਜਿਸ ਤਰ੍ਹਾਂ ਦਾ ਆਪਣਾ ਸੁਭਾਅ ਬਣਾ ਲੈਂਦਾ ਉਸ ਤਰ੍ਹਾਂ ਦਾ ਹੀ ਉਹ ਬਣ ਜਾਂਦਾ। ਇਹ ਸਾਰੇ ਜਿਹੜੇ ਗੁਣ ਉਹ ਮੈਕੀ ਦੇ ਵਿੱਚ ਮੌਜੂਦ ਸਨ। ਸਤਪਾਲ ਜੀ ਖੁਦ ਇੰਨੇ ਚੰਗੇ ਨੇ, ਇੱਥੇ ਦੂਰਦਰਸ਼ਨ 'ਚ ਉਹਨਾਂ ਨੇ ਆਕਾਸ਼ਵਾਣੀ ਦੇ ਵਿੱਚ ਜਿਹੜੀ ਆਪਣੀ ਸੇਵਾ ਨਿਭਾਈ, ਉਸ ਸੇਵਾ ਦੌਰਾਨ ਉਹਨਾਂ ਨੇ ਸਾਰਿਆਂ ਨਾਲ ਹੀ ਬੜਾ ਪਿਆਰ ਪਾਇਆ। ਹਰ ਇਨਸਾਨ ਦੀ ਉਮਰ ਦੇ ਵਿੱਚ ਕੁਛ ਨਾ ਕੁਛ ਅਜਿਹਾ ਘਟਨਾ ਘਟ ਜਾਂਦੀ ਜਿਹਦੇ ਨਾਲ ਉਹਦੇ ਦੋ ਚਾਰ ਦੁਸ਼ਮਣ ਕੋਈ ਬਣ ਜਾਂਦੇ ਆ, ਉਹਨੂੰ ਬੁਰਾ ਭਲਾ ਕਹਿਣ ਵਾਲੇ ਵੀ ਹੁੰਦੇ ਆ, ਪਰ ਅਸੀਂ ਸਤਪਾਲ ਜੀ ਦੇ ਬਾਰੇ ਇੱਦਾਂ ਕਦੇ ਨਹੀਂ ਜੇ ਸੁਣਿਆ। ਔਰ ਇਹੀ ਸੰਸਕਾਰ ਪੁੱਤਰ ਮੈਕੀ ਵਿੱਚ ਵੀ ਸਨ। ਉਹ ਇੱਕ ਸਰਵਣ ਪੁੱਤਰ ਸੀ, ਹਰ ਲਿਹਾਜ਼ ਨਾਲ ਚੰਗਾ ਸੀ। ਹਰ ਮਾਂ ਬਾਪ ਦੀ ਇੱਕ ਮਨਸ਼ਾ ਹੁੰਦੀ ਹੈ, ਇੱਕ ਵਿਸ਼ ਹੁੰਦੀ ਹੈ ਕਿ ਉਹਦਾ ਪੁੱਤਰ ਜਿਹੜਾ ਚੰਗਾ ਹੋਵੇ, ਓਬੀਡੀਐਂਟ ਹੋਵੇ,
ਆਗਿਆਕਾਰੀ ਹੋਵੇ, ਹੋਣਹਾਰ ਹੋਵੇ, ਇਹ ਸਾਰੇ ਗੁਣ ਮੈਕੀ ਚ ਮੌਜੂਦ ਸਨ। ਸਤਪਾਲ ਜੀ ਬੜੇ ਮਾਣ ਦੇ ਨਾਲ ਮੈਕੀ ਦੇ ਬਾਰੇ ਇੰਟਰੋਡਿਊਸ ਕਰਵਾਉਂਦੇ ਹੁੰਦੇ ਸੀ। ਉਹ ਹਮੇਸ਼ਾ ਕਹਿੰਦੇ ਰਹਿੰਦੇ ਸਤਪਾਲ ਜੀ ਕਿ ਮੈਂ ਆਪਣੇ ਪਰਿਵਾਰਕ ਤੌਰ ਤੇ ਬਹੁਤ ਖੁਸ਼ ਹਾਂ, ਮੇਰੇ ਬੱਚੇ ਬਹੁਤ ਹੋਣਹਾਰ ਨੇ, ਔਰ ਪਰਮਾਤਮਾ ਐਸੇ ਬੱਚੇ ਸਾਰਿਆਂ ਨੂੰ ਦਵੇ। ਔਰ ਵਾਕਈ ਮੈਂ ਜਦੋਂ ਮੈਕੀ ਨੂੰ ਮਿਲਿਆ ਤੇ ਮੈਨੂੰ ਵੀ ਇਹੀ ਮਹਿਸੂਸ ਹੋਇਆ ਕਿ ਪਰਮਾਤਮਾ ਇਹੋ ਜਿਹੇ ਬੱਚੇ ਸਭ ਨੂੰ ਦਵੇ। ਪਰ ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਪਰਮਾਤਮਾ ਅੱਗੇ ਜ਼ਰੂਰ ਕਰੀਏ ਕਿ ਪਰਮਾਤਮਾ ਅਜਿਹੇ ਬੱਚੇ ਸਾਰਿਆਂ ਨੂੰ ਦੇਈ ਪਰ ਉਮਰ ਨਾਲ ਦੇ। ਜਦੋਂ ਅਸੀਂ ਖੁਸ਼ ਹੁੰਦੇ ਹਾਂ, ਬੱਚੇ ਕੋਲ ਉਮਰ ਨਾ ਹੋਵੇ ਤੇ ਮਾਂ ਬਾਪ ਕੋਲ ਕੀ ਰਹਿ ਜਾਂਦਾ। ਐਡੀ ਵੱਡੀ ਦੁਰਘਟਨਾ ਹੋਈ, ਸਾਰਿਆਂ ਦੇ ਦਿਲ ਚ ਸਵਾਲ ਇਹੀ ਹੈ ਕਿ ਕੀ ਹੋਇਆ, ਅਚਾਨਕ ਕਿਸ ਤਰ੍ਹਾਂ ਹੋ ਗਿਆ, ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ। ਔਰ ਉੱਥੇ ਕੈਨੇਡਾ ਦੇ ਵਿੱਚ ਉਹ ਪਹਿਲੀ ਵਾਰ ਕੋਈ ਗੱਡੀ ਲੈ ਕੇ ਨਹੀਂ ਸੀ ਗਿਆ, ਚੰਗਾ ਭਲਾ ਗੱਡੀ ਚਲਾਉਂਦਾ ਸੀ। ਸਾਡੇ ਸਾਰਿਆਂ ਦੇ ਦਿਲ ਚ ਅਕਸਰ ਇਹ ਮਹਿਸੂਸ ਕਰਦੇ ਹਾਂ ਕਿ ਬਾਹਰ ਦੇ ਬੱਚੇ ਜਿਹੜੇ ਹੈ ਉਹ ਖਾਣ ਪੀਣ ਦੇ ਸ਼ੌਕੀਨ ਹੁੰਦੇ, ਔਰ ਇਹ ਸੱਚ ਜਾਣਨ ਵਾਲੀ ਗੱਲ ਹੈ। ਉਹ ਮੁੰਡਾ ਬਹੁਤ ਭੋਲਾ ਭਾਲਾ ਸੀਗਾ, ਉਹਨੂੰ ਇਸ ਤਰ੍ਹਾਂ ਦੀ ਕੋਈ ਆਦਤ, ਕੋਈ ਇਸ ਤਰ੍ਹਾਂ ਦਾ ਐਪ ਨਹੀਂ ਸੀ ਜਿਸ ਦੇ ਬਾਰੇ ਮਾਂ ਬਾਪ ਫਿਕਰਮੰਦ ਹੋਣ। ਫਿਕਰ ਹੁੰਦਾ ਸੀ ਤੇ ਇਹੀ ਸੀਗਾ ਕਿ ਆਪਣੇ ਠੀਕ ਟਾਈਮ ਤੇ ਘਰ ਆ ਜਾਏ। ਉਸ ਦਿਨ ਵੀ ਸ਼ਾਮ ਨੂੰ ਮੰਮੀ ਨੂੰ ਕਹਿ ਕੇ ਗਿਆ, ਮੰਮੀ ਮੈਂ ਆਪਣੀ ਪੜ੍ਹਾਈ ਦੇ ਸਿਲਸਿਲੇ 'ਚ ਮੈਂ ਆਪਣੀ ਯੂਨੀਵਰਸਿਟੀ ਆਪਣੇ ਕਾਲਜ ਜਾਣਾ ਤੇ ਮੈਂ ਜਲਦੀ ਵਾਪਸ ਆ ਜਾਵਾਂਗਾ। ਅੱਧੇ ਘੰਟੇ ਮੇਰੇ ਖਿਆਲ 15-20 ਮਿੰਟ ਦਾ ਹੀ ਸਫ਼ਰ ਹੋਏਗਾ, ਜ਼ਿਆਦਾ ਨਹੀਂ ਹੈ। ਉੱਥੇ ਲੇਟ ਹੋ ਗਿਆ ਥੋੜ੍ਹਾ ਜਿਹਾ। ਵਾਪਸ ਜਦੋਂ ਘਰ ਆ ਰਿਹਾ ਜੋ ਸਾਰੀ ਵਿਟਨੈਸ ਮਿਲ ਰਹੀ ਜਾਂ ਪੁਲਿਸ ਰਿਪੋਰਟ ਮਿਲਦੀ ਉਸ ਤੋਂ ਇਹੀ ਪਤਾ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਵਾਲੀ ਗੱਲ ਨਹੀਂ ਸੀ ਨਜ਼ਰ ਆ ਰਹੀ। ਹਾਂ, ਉੱਥੇ ਬਰਫ਼ ਥੋੜ੍ਹੀ ਜਿਹੀ ਪਈ ਸੀ ਜਿਹਦੇ ਕਰਕੇ ਬਰਫ਼ ਸੜਕ 'ਤੇ ਜੰਮੀ ਹੋਈ, ਹੋ ਸਕਦਾ ਉੱਥੋਂ ਗੱਡੀ ਸਕਿੱਪ ਕੀਤੀ ਅਤੇ ਅੱਗੇ ਟਕਰਾ ਕੇ ਪਲਟੀਆਂ ਖਾ ਗਈ। ਸਰੀਰ 'ਤੇ ਸੱਟਾਂ ਦੇ ਨਿਸ਼ਾਨ ਕੋਈ ਜ਼ਿਆਦਾ ਨਹੀਂ ਸਨ, ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਬਣ ਕੇ ਰਹਿ ਗਿਆ ਕਿ ਅਚਾਨਕ ਇਸ ਤਰ੍ਹਾਂ ਹੋਇਆ ਕਿਵੇਂ, ਇਹ ਹੋ ਨਹੀਂ ਸੀ ਸਕਦਾ। ਘਰ ਤੋਂ 1-2 ਮਿੰਟ ਦੀ ਦੂਰੀ ਸੀ ਸਿਰਫ, 2 ਮਿੰਟ ਟਾਈਮ ਨਿਕਲ ਜਾਂਦਾ ਤਾਂ ਉਹਨੇ ਘਰ ਪਹੁੰਚ ਜਾਣਾ ਸੀ। ਔਰ ਅਚਾਨਕ ਐਡੀ ਵੱਡੀ ਦੁਰਘਟਨਾ, ਐਡਾ ਵੱਡਾ ਸਦਮਾ ਜਿਹੜਾ ਉਹ ਬਰਦਾਸ਼ਤ ਤੋਂ ਬਾਅਦ ਇੱਕ ਬਹੁਤ ਵੱਡਾ ਖਿਡਾਰੀ ਵੀ ਸੀ, ਪੜ੍ਹਾਈ ਲਿਖਾਈ ਦੇ ਵਿੱਚ ਬਿਲਕੁਲ ਨਿਪੁੰਨ ਸੀ, ਗ੍ਰੈਜੂਏਸ਼ਨ ਉਹਦੀ ਪੂਰੀ ਹੋਣ ਵਾਲੀ ਸੀ, ਉਸ ਤੋਂ ਬਾਅਦ ਉਹਨੇ ਡਾਕਟਰੀ ਦੀ ਪੜ੍ਹਾਈ ਕਰਨੀ ਸੀ। ਉਹ ਜੋ ਬਣਨਾ ਚਾਹੁੰਦਾ ਸੀ ਉਹ ਬਣ ਰਿਹਾ ਸੀ, ਮਾਂ ਬਾਪ ਜੋ ਚਾਹੁੰਦੇ ਸੀ ਉਹ ਹੋ ਰਿਹਾ ਸੀ। ਉਹ ਫੁੱਟਬਾਲ ਦੀ ਕੋਚਿੰਗ ਵੀ ਕਰਦਾ ਸੀ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ। ਸਤਪਾਲ ਜੀ ਇੱਥੋਂ ਹਿੰਦੁਸਤਾਨ 'ਚ ਜਦੋਂ ਗਏ ਤੇ ਉੱਥੇ ਵੈਂਕੂਵਰ ਦੇ ਨਾਲ ਜਗ੍ਹਾ ਹੈ ਨਨੈਮਾ ਔਰ ਚਮੈਨਸ ਕਰਕੇ ਇੱਕ ਟਾਊਨ ਹੈ ਜਿੱਥੇ ਇਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ। ਉੱਥੇ ਜਾ ਕੇ ਦੇਖੋ ਤੇ ਧਰਤੀ ਦਾ ਸਵਰਗ ਲੱਗਦਾ ਹੈ। ਚਮੈਨਸ ਦੇ ਵਿੱਚ ਛੋਟੀ ਜਿਹੀ ਇੱਕ ਮੋਟਲ ਇਹਨਾਂ ਨੇ ਲਈ ਤੇ ਉੱਥੇ ਮਿਹਨਤ ਕਰਨ ਲੱਗ ਗਏ। ਮੈਕੀ ਦੀ ਉਮਰ ਕੋਈ ਜ਼ਿਆਦਾ ਨਹੀਂ ਸੀ, 16-17 ਸਾਲ ਦਾ ਸੀ, ਇਹ ਛੋਟੀ ਜਿਹੀ ਉਮਰ ਬੱਚੇ ਦੀ ਖੇਡਣ ਖਾਣ ਦੀ ਉਮਰ ਹੁੰਦੀ ਹੈ, ਪਰ ਉਹ ਆਪਣੇ ਸਾਰੇ ਸ਼ੌਕ ਪੂਰੇ ਕਰਦੇ ਹੋਏ ਵੀ ਪੂਰੀ ਮਿਹਨਤ ਦੇ ਨਾਲ ਆਪਣੇ ਮਾਂ ਬਾਪ ਦਾ ਸਾਥ ਦਿੰਦਾ ਸੀ। ਮੈਂ ਖੁਦ ਉਹਨੂੰ ਕੰਮ ਕਰਦਿਆਂ ਦੇਖਿਆ, ਮੈਂ ਹੈਰਾਨ ਹੋ ਜਾਂਦਾ ਸੀ ਕਿ ਛੋਟੀ ਜਿਹੀ ਉਮਰ ਦੇ ਵਿੱਚ ਬੱਚਾ ਇੰਨਾ ਕੰਮ ਕਿਵੇਂ ਕਰ ਸਕਦਾ। ਇੱਕ ਦਿਨ ਉੱਥੇ ਸ਼ਾਮ ਨੂੰ ਪਤਾ ਲੱਗਾ ਕਿ ਵਿਕਟੋਰੀਆ ਦੇ ਵਿੱਚ ਇੱਕ ਕੁਛ ਪੰਜਾਬੀ ਆਰਟਿਸਟ ਸਾਡੇ ਆਏ ਆ ਹਿੰਦੁਸਤਾਨ ਤੋਂ, ਉਹਨਾਂ ਨੇ ਪ੍ਰੋਗਰਾਮ ਕਰਨਾ ਹੈ। ਐਸਪੀ ਜੀ ਕਹਿੰਦੇ ਕਿ ਚਲੋ ਗੌਰੀ ਜੀ ਆਪਾਂ ਚੱਲਦੇ ਦੇਖਦੇ ਹਾਂ। ਅਸੀਂ ਪ੍ਰੋਗਰਾਮ ਬਣਾ ਰਹੇ ਸੀ ਤੇ ਉੱਥੇ ਮੋਟਲ ਦੀ ਲੁੱਕ ਆਫਟਰ ਕਰਨ ਵਾਸਤੇ ਕਿਸੇ ਨੇ ਤੇ ਰਹਿਣਾ ਸੀ। ਮੈਂ ਕੀ ਕਹਿੰਦਾ, ਮੰਮੀ ਤੁਸੀਂ ਵੀ ਚਲੇ ਜਾਓ, ਮੈਂ ਪਿੱਛੋਂ ਧਿਆਨ ਰੱਖਾਂਗਾ। ਔਰ ਉਹਨੇ ਜ਼ਿੱਦ ਕੀਤੀ ਔਰ ਉਹ ਪਿੱਛੋਂ ਰਿਹਾ, ਉਹਨੇ ਸਾਰਾ ਸੰਭਾਲਿਆ। ਉੱਥੇ ਵਿਦੇਸ਼ ਦੇ ਵਿੱਚ ਜਾ ਕੇ
ਅਸੀਂ ਇੱਕ ਬਤੌਰ ਆਡੀਅੰਸ ਵੈਸੇ ਬੈਠੇ ਸਾਂ ਤੇ ਉਹ ਜਿੰਨੇ ਵੀ ਆਰਟਿਸਟ ਸੀਗੇ ਪੁਰਾਣੇ ਸਾਰਿਆਂ ਨੇ ਉਹਨੇ ਐਸ ਪੀ ਜੀ ਨੂੰ ਪਛਾਣ ਲਿਆ ਤੇ ਭੱਜੇ ਦੌੜੇ ਆਏ ਗੋਡਿਆਂ ਨੂੰ ਹੱਥ ਲਾਇਆ ਕਿ ਸਰ ਅਸੀਂ ਤੁਹਾਡਾ ਦੇਣਾ ਨਹੀਂ ਜਿਹੜਾ ਦੇ ਸਕਦੇ ਅਸੀਂ ਤੁਹਾਨੂੰ ਭੁੱਲ ਨਹੀਂ ਸਕਦੇ ਤੁਸੀਂ ਸਾਨੂੰ ਅਰਸ਼ਾਂ ਤੱਕ ਪਹੁੰਚਾਇਆ ਐਸ ਪੀ ਜੀ ਨੇ ਹਰ ਇਨਸਾਨ ਦੀ ਮਦਦ ਕੀਤੀ ਜਿਹੜਾ ਵੀ ਇਹਨਾਂ ਦੇ ਕੋਲ ਆਇਆ ਆਪਣੇ ਦੋਸਤਾਂ ਦੀ ਦੁਨੀਆਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੀ ਹਲੀਮੀ ਬਾਰੇ ਜਾਣੇ ਜਾਂਦੇ ਆ ਔਰ ਇਹ ਕਿਸਮਤ ਵਾਲੇ ਅਸੀਂ ਇਹਨਾਂ ਨੂੰ ਕਹਿੰਦੇ ਸੀ ਕਿ ਇਹ ਸਾਰੇ ਗੁਣ ਜਿਹੜੇ ਆ ਉਹ ਪੁੱਤਰ ਦੇ ਵਿੱਚ ਮੌਜੂਦ ਹਨ ਔਰ ਅੱਜ ਐਡਾ ਵੱਡਾ ਸ਼ੌਕ ਹੈ ਸਮਝ ਨਹੀਂ ਆਉਂਦੀ ਅਸੀਂ ਇਹਨਾਂ ਦਾ ਦੁੱਖ ਕਿੱਦਾਂ ਘਟਾਈਏ ਅਸੀਂ ਪਰਮਾਤਮਾ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਅਕਾਲ ਪੁਰਖ ਇਹਨਾਂ ਨੂੰ ਬਲ ਬਖਸ਼ੇ ਇਹਨਾਂ ਨੂੰ ਤਾਕਤ ਦੇਵੇ ਉਹ ਬੱਚਾ ਇਹਨਾਂ ਦੇ ਨਾਲ ਹਰ ਕੰਮ ਦੇ ਵਿੱਚ ਸਾਥ ਦਿੰਦਾ ਸੀ ਪੜ੍ਹਾਈ ਉਹ ਕਰਦਾ ਸੀ ਅਤੇ ਛੁੱਟੀਆਂ ਦੇ ਦਿਨਾਂ 'ਚ ਆ ਕੇ ਪੂਰੀ ਮਦਦ ਕਰਦਾ ਸੀ ਐਸ ਪੀ ਜੀ ਨੇ ਉੱਥੋਂ ਹੋਟਲ ਜਿਹੜੀ ਵਾਈਂਡ ਅਪ ਕਰਕੇ ਟੋਰੋਂਟੋ ਦੇ ਵਿੱਚ ਇੱਕ ਵੱਡਾ ਹੋਟਲ ਜਿਹੜਾ ਲੈਣ ਦੇ ਬਾਰੇ ਸੋਚਿਆ ਮੈਂ ਇਹਨਾਂ ਨੂੰ ਇੱਕ ਸਵਾਲ ਕਰਤਾ ਕਿ ਉੱਥੋਂ ਉੱਥੇ ਸ਼ਿਫਟ ਕਰਕੇ ਐਡਾ ਵੱਡਾ ਬਿਜ਼ਨਸ ਸੰਭਾਲ ਲਓਗੇ ਤੁਸੀਂ ਅਤੇ ਇਹਨਾਂ ਦੇ ਮੂੰਹ 'ਚੋਂ ਅਚਾਨਕ ਨਿਕਲਿਆ ਕੋਈ ਗੱਲ ਨਹੀਂ ਮੇਰੇ ਕੋਲ ਮੈਗੀ ਹੈ ਦੱਸੋ ਇਹੋ ਜਿਹੀ ਬਾਤ ਆ ਜਿਹੜੀ ਆ ਮਾਂ ਬਾਪ ਦੇ ਦਿਲ 'ਚ ਹੋਵੇ ਤੇ ਕਿੰਨਾ ਮੁਸ਼ਕਿਲ ਹੋ ਜਾਂਦਾ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇਸ ਤੋਂ ਵੱਡਾ ਦੁੱਖ ਹੋ ਹੀ ਨਹੀਂ ਸਕਦਾ ਕੋਈ ਪਰ ਉਹ ਸਾਡੀਆਂ ਯਾਦਾਂ 'ਚ ਹਮੇਸ਼ਾ ਰਹੇਗਾ ਮੈਂ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦੇਣ ਵਾਸਤੇ ਕੁਛ ਸ਼ਬਦ ਮੇਰੇ ਕੋਲ ਆਏ ਜਿਹੜੇ ਮੈਂ ਜਾਤਕ ਤੌਰ 'ਤੇ ਮੈਂ ਕਹਿਣਾ ਚਾਹੁੰਦਾ ਮੈਗੀ ਦੇ ਵਾਸਤੇ ਮਾਪਿਆਂ ਦੀ ਅੱਖੀਆਂ ਦਾ ਤਾਰਾ ਮੈਗੀ ਸੀ ਸਭਨਾ ਦਾ ਦੁਲਾਰਾ ਫੁੱਲਾਂ ਵਾਂਗੂ ਮਹਿਕਣ ਵਾਲਾ ਖਿੜਿਆ ਚਿਹਰਾ ਰੱਖਣ ਵਾਲਾ ਅਰਸ਼ਾਂ ਦਾ ਤਾਰਾ ਹੋ ਗਿਆ ਹਾਏ ਉਹ ਕਿੱਥੇ ਓਹਲੇ ਹੋ ਗਿਆ ਉਹ ਬੀਬਾ ਸੀ ਭੋਲਾ ਸੀ ਉਹ ਚੰਗਾ ਇੱਕ ਖਿਡਾਰੀ ਸੀ ਜੀਵਨ ਦੇ ਹਰ ਖੇਤਰ ਵਿੱਚ ਉਹ ਚੰਗੀ ਬਾਜੀ ਮਾਰੀ ਸੀ ਛੋਟੀ ਜਿਹੀ ਉਮਰੇ ਹੀ ਉਹ ਮੌਤ ਦੀ ਬਾਜੀ ਖੇਡ ਗਿਆ ਅਰਸ਼ਾਂ ਦਾ ਤਾਰਾ ਹੋ ਗਿਆ ਹਾਏ ਕਿੱਥੇ ਓਹਲੇ ਹੋ ਗਿਆ ਉਹ ਨੇਕੀ ਦਾ ਫਰਿਸ਼ਤਾ ਸੀ ਮਿਹਨਤ ਦਾ ਪੁਜਾਰੀ ਸੀ ਜੋ ਸੋਚ ਲਵੇ ਉਹ ਕਰਦਾ ਸੀ ਉਸ ਕਦੇ ਨਾ ਹਿੰਮਤ ਹਾਰੀ ਸੀ ਹੁਣ ਹਰ ਪਲ ਯਾਦ ਰਹੇਗਾ ਉਹ ਯਾਦਾਂ ਵਿੱਚ ਰਾਜ ਕਰੇਗਾ ਉਹ ਯਾਦਾਂ ਵਿੱਚ ਰਾਜ ਕਰੇਗਾ ਉਹ ਅਸੀਂ ਇੱਕ ਵਾਰ ਫਿਰ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਉਸ ਉਹ ਪਰਮਾਤਮਾ ਪਰਿਵਾਰ ਨੂੰ ਐਡੀ ਵੱਡੀ ਜਿਹੜੀ ਸੱਟ ਵੱਜੀ ਹੈ ਇੱਥੋਂ ਉਭਰਨ ਦੀ ਤਾਕਤ ਦੇਵੇ ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ ਉਹ ਇੱਕ ਬਹੁਤ ਹੀ ਚੰਗਾ ਬੱਚਾ ਸੀ ਉਹ ਜਿੱਥੇ ਵੀ ਹੈ ਹੁਣ ਵੀ ਹੱਸ ਰਿਹਾ ਹੋਏਗਾ ਖੇਡ ਰਿਹਾ ਹੋਏਗਾ ਮੁਸਕਰਾ ਕੇ ਵੇਖ ਰਿਹਾ ਹੋਏਗਾ ਇਸ ਫੋਟੋ ਨੂੰ ਦੇਖ ਕੇ ਚਿਹਰੇ ਤੇ ਇੱਕ ਮੁਸਕਾਨ ਜੀ ਆ ਜਾਂਦੀ ਹੈ ਅਗਰ ਸ਼ੇਰ ਪੁੱਤਰ ਦੀ ਕੋਈ ਉਦਾਹਰਣ ਹੈ ਤੇ ਇਹ ਫੋਟੋ 'ਚ ਦੇਖ ਕੇ ਸਾਨੂੰ ਇੱਕਦਮ ਸਾਹਮਣੇ ਨਜ਼ਰ ਆ ਜਾਂਦੀ ਹੈ ਪਰਮਾਤਮਾ ਨੂੰ ਆਪਣੇ ਚਰਮਾਂ 'ਚ ਬਖਸ਼ੇ ਔਰ ਉਸਦੀ ਆਤਮਾ ਨੂੰ ਸ਼ਾਂਤੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
श्री भगवती जी सहाय वार श्री भगवती जी की पातशाही दसवीं प्रथम भगवती सिमर का है गुरु नानक लई ध्याए फिर अंगद गुरु ते अमरदास रामदास में सहाय अर्जुन हर गोबिंदनो सिमरो श्री हर राय श्री हर कृष्ण ध्याई जिस पिछे सब दुख जाए तेग बहादुर सिमरे घर नौन ध्यावे ताए सब थाई होए सहाय दसवें पातशाह श्री गुरु गोविंद सिंह जी महाराज सब थाई होए सहाय दसम पातशाह दे आत्मक स्वरूप जागती जोत श्री गुरु ग्रंथ साहिब जी दे
ਪਵਿੱਤਰ ਪਾਠ ਦਰਸ਼ਨ ਦਾਤਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਈ ਦੇਖ ਕੇ ਨਿਰਜ ਕੀਤਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੈਸਾ ਸਵਾਸਾ ਸੰਗ ਨਿਭਾਈ ਤਿੰਨਾਂ ਪਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਪਰਉਪਕਾਰੀਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦਿਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿੱਤੇ ਆਵੇ ਜਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਰੱਖਿਆ ਰਿਆਜ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ਿਸ਼ ਕਰੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਅਕਾਲ ਪੁਰਖ ਵਾਹਿਗੁਰੂ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਤਿਗੁਰੂ ਜੀ ਆਪ ਜੀ ਦਾ ਬਿਰਧ ਹੈ ਜੇਹਾ ਚਿਰ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੜਜਾਏ ਦੀ ਮਾਵਾ ਕੰਸਾਰ ਦਰ ਕਰਦੇ ਸੇਵਕਾ ਜੀ ਦੇ ਪਿਆਰ ਵਾਲੇ ਕਾਕਾ ਅਤੋਲ ਸਿੰਘ ਜੀ ਔਰ ਮੈਕੀ ਸਪੁੱਤਰ ਸਰਦਾਰ ਐਸ ਪੀ ਸਿੰਘ ਜੀ ਅਤੇ ਬੀਬੀ ਬਿਮਲਾ ਦੇਵੀ ਜੀ ਜਿਹਨੇ ਕੋ ਆਪ ਜੀ ਨੇ ਸਤਿਗੁਰੂ ਜੀ ਅਤੁਲ ਸਿੰਘ ਜੀ ਨੂੰ ਸਤਿਗੁਰੂ ਜੀ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਸੰਸਾਰਿਕ ਯਾਤਰਾ ਭੋਗਦਿਆਂ ਵਿਦੇਸ਼ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਚਲਾਣਾ ਕਰ ਗਏ ਤਿੰਨਾਂ ਦੀ ਆਤਮਕ ਸ਼ਾਂਤੀ ਲਈ ਤਿੰਨਾਂ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਚਰਨ ਪਰਸਦਿਆਂ ਗ੍ਰਹਿ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਸ਼ਬਦ ਉਪਰੰਤ ਦੀਵਾਨ ਸਾਜੇ ਨੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਨੇ ਹੁਣ ਤੱਕ ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸ਼ਬਦ ਕੀਰਤਨ ਕਰਦਿਆਂ ਹੋਈਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰ ਦੇਣੀ ਅੱਗੇ ਤੋਂ ਸਮਤ ਬਖਸ਼ਿਸ਼ ਕਰਕੇ ਸ਼ੁੱਧ ਬਾਣੀ ਉਚਾਰਨ ਕਰਨ ਦੀ ਦਾਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਸਤਿਗੁਰੂ ਜੀ ਸੰਗਤਾਂ ਦੇ ਤੇ ਪਰਿਵਾਰ ਦੇ ਹਿਰਦਿਆਂ ਚ ਵਸਾਉਣਾ ਬਾਣੀ ਦਾ ਪੁੰਨ ਫਲ ਭਾਵ ਵਿਛੜੀ ਆਤਮਾ ਨੂੰ ਪ੍ਰਾਪਤ ਕਰਵਾਉਣਾ ਜੀ ਵਿਛੜੀ ਆਤਮਾ ਨੂੰ ਸਦੀਵ ਕਾਲ ਆਪ ਜੀ ਨੇ ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨਾ ਜੀ ਪਰਿਵਾਰ ਦੇ ਸੀਸ ਤੇ ਸਦਾ ਆਪਣਾ ਰਹਿਮਤ ਬਖਸ਼ਿਸ਼ ਭਰਿਆ ਸੀਸ ਤੇ ਹੱਥ ਰੱਖਣਾ ਅੰਗ ਸੰਗ ਸਹਾਇਕ ਰਹਿਣਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਨਾਲ ਜੋੜ ਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ ਸੋਹਣਾ ਸੁੰਦਰ ਪੁਸ਼ਾਕਾ ਭੇਟ ਕੀਤਾ ਗਿਆ ਅੰਗੀਕਾਰ ਕਰੋ ਸੇਵਕਾਂ ਦੇ ਪਰਦੇ ਕੱਢਣੇ ਸੀਸ ਤੇ ਰਹਿਮਤ ਬਖਸ਼ਿਸ਼ ਭਰਿਆ ਹੱਥ ਰੱਖਣਾ ਤਨ ਮਨ ਧਨ ਨਾਲ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਭੇਟ ਹਾਜ਼ਰ ਹੈ ਪ੍ਰਵਾਨ ਕਰੋ ਜੀ ਪ੍ਰਵਾਨਿਆਂ ਪ੍ਰਸ਼ਾਦ ਸੰਗਤਾਂ ਵਿੱਚ ਵਰਤੇ ਜੋ ਛਕੇ ਪਵਿੱਤਰ ਨਾਮ ਸਤਨਾਮ ਸ੍ਰੀ ਹੁਕਮ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਜੀ ਸੇਈ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਖੁਆਰ ਹੋਏ ਸਭ ਮਿਲੇਂਗੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਰਾਜੇ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ
ਸਰਫੇ ਸਰਫੇ ਸਦਾ ਸਦਾ ਐਵੇਂ ਗਈ ਵਿਹਾਏ ਨਾਨਕ ਕਿਸਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਵਾਹਿਗੁਰੂ ਸਾਹਿਬ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨਿਆ ਹੋਏ ਨਾ ਤੈਸਾ ਰਹਾ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛਰਤ ਦੁਖ ਪਾਇਆ ਸੋ ਗਤ ਭਈ ਹਮਾਰੀ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ ਸਰਬੇ ਏਕ ਅਨੇਕੈ ਸੁਆਮੀ ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ ਸਰਬੇ ਏਕ ਅਨੇਕ ਸੁਆਮੀ ਸਭ ਘਟ ਭੁਗਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।